ਇਹ ਸਾਡੇ ਜਿਹੜੀ ਸਾਰੀ ਜ਼ਿੰਮੇਵਾਰੀ ਸੰਗਤਾਂ ਨੇ ਸਾਂਭੀ ਹੋਈ ਹੈ, ਇਸ ਕਰਕੇ ਉਹ ਕਹਿੰਦੇ ਤੁਸੀਂ ਨਿਸ਼ਚਿੰਤ ਰਹੋ, ਅਸੀਂ ਸਾਰਾ ਕੁਛ ਕਿੱਦਾਂ ਬਜ਼ੁਰਗਾਂ ਨੂੰ ਪਹੁੰਚਾਉਣਾ ਵਾ ਜਾਂ ਜੋ ਵੀ ਅਸੀਂ ਕਰਨਾ ਅਸੀਂ ਕਰ ਰਹੇ ਹਾਂ। ਜਦੋਂ ਅਜਿਹਾ ਦਿਨ ਹੁੰਦਾ ਜੀ, ਫੈਸਲੇ ਦੀ ਘੜੀ ਹੁੰਦੀ ਹੈ ਜਾਂ ਕਹਿ ਲਓ ਵੀ ਇਮਤਿਹਾਨ ਦਾ ਦਿਨ ਹੁੰਦਾ ਜੀ, ਤਾਂ ਉਸ ਦਿਨ ਬੜੀ ਧੜਕਣ ਵਧੀ ਹੁੰਦੀ ਆ। ਆਪਾਂ ਆਮ ਦੁਨਿਆਵੀ ਗੱਲ ਕਰੀਏ, ਪੜ੍ਹਾਈ ਦੀ ਗੱਲ ਕਰ ਲਈਏ, ਉੱਥੇ ਵੀ ਇਹੀ ਕੰਮ ਹੁੰਦਾ ਜੀ, ਬੜੀ ਟੈਨਸ਼ਨ ਹੁੰਦੀ। ਅੱਜ ਕੁਛ ਬੋਝ ਹੈਗਾ ਮਨ 'ਤੇ ਜਾਂ ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ? ਇਸ ਦਿਨ ਦੀ ਸਾਨੂੰ ਬਹੁਤ ਵੱਡੀ ਉਡੀਕ ਸੀ, ਅੱਜ ਆਇਆ, ਅੱਜ ਫੈਸਲੇ ਦੀ ਘੜੀ ਆ, ਲੋਕਾਂ ਨੇ ਆਪਣਾ ਫੈਸਲਾ ਦੇ ਦੇਣਾ ਅਤੇ 4 ਤਰੀਕ ਨੂੰ ਬਾਹਰ ਆ ਜਾਣਾ, ਅਤੇ ਮੇਰਾ ਖਿਆਲ ਹੈ ਕਿ ਅਸੀਂ ਉਸ ਦਿਨ ਦੀ ਬੜੀ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਹਾਂ। ਲੋਕ ਪਿੰਡਾਂ ਦੀ ਸਰਪੰਚੀ ਤੱਕ ਦਾ ਨਹੀਂ ਸੋਚਦੇ, ਪਰ ਇਹ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਅਤੇ ਇਹੋ ਜਿਹਾ ਮਾਹੌਲ ਬਣ ਗਿਆ ਜੀ, ਉਦੋਂ ਕਦੀ ਇਹ ਉਮੀਦ ਲਾਈ ਸੀ ਵੀ ਇੱਦਾਂ ਦੀ ਕਦੀ ਹੋਊਗਾ, ਅਸੀਂ ਪ੍ਰਚਾਰ ਕਰਾਂਗੇ ਲੋਕ ਸਭਾ ਚੋਣਾਂ? ਪਰ ਇਸ ਵਾਰ ਅੰਮ੍ਰਿਤਪਾਲ ਦੇ ਖੜ੍ਹੇ ਹੋਣ ਨਾਲ ਲੋਕਾਂ ਨੂੰ ਬਹੁਤ ਉਤਸ਼ਾਹ ਸੀ, 7 ਵਜੇ ਤੋਂ ਉੱਥੇ ਲਾਈਨਾਂ ਲੱਗੀਆਂ ਸੀ, ਸਾਰੇ ਪਿੰਡ ਦੇ ਲੋਕ ਪਹੁੰਚੇ ਹੋਏ ਸੀ ਉੱਥੇ। ਸੰਗਤਾਂ ਆਪ ਮੁਹਾਰੇ ਕਹਿੰਦੇ ਆ ਵੀ ਤੁਸੀਂ ਨਹੀਂ ਆਉਣਾ, ਅਸੀਂ ਆਪਣੀ ਜ਼ਿੰਮੇਵਾਰੀ ਆਪ ਸਾਂਭਾਂਗੇ, ਵੀ ਤੁਸੀਂ ਸਾਡੇ ਪਿੰਡ ਆਉਣ ਦੀ ਲੋੜ ਨਹੀਂ, ਸਾਡਾ ਸਾਰਾ ਪਿੰਡ ਹੀ ਇੱਕ ਪਾਸੇ ਆ। ਬਹੁਤ ਵਧੀਆ ਸੰਗਤਾਂ ਦਾ ਰਿਸਪੋਂਸ ਮਿਲਿਆ। ਅਤੇ ਲੋਕ ਹੁਣ ਜਿੱਦਾਂ ਦੀ ਉਹ ਇਲਜ਼ਾਮਬਾਜ਼ੀ ਲਾਉਂਦੇ, ਲੋਕ ਬਹੁਤ ਸਿਆਣੇ ਹੋ ਚੁੱਕੇ, ਉਹਨਾਂ ਨੂੰ ਪਤਾ ਕਿ ਰਾਜਨੀਤਿਕ ਲੀਡਰਾਂ ਦਾ ਧੰਦਾ ਹੀ ਇਹ ਹੁੰਦਾ ਵੀ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰਨੀ, ਉਹਦੇ ਕਰਨਾ। ਮੇਰੇ ਖਿਆਲ ਕਿ ਸੱਚਾਈ ਸੱਚਾਈ ਰਹਿੰਦੀ ਹੈ। ਅਸੀਂ ਇਹ ਨਹੀਂ ਕਿ ਲੋਕਾਂ ਨੂੰ ਇਲੈਕਸ਼ਨ ਮੁੱਕ ਜੂਗੀ ਅਤੇ ਅਸੀਂ ਅੰਦਰ ਵੜ ਜਾਵਾਂਗੇ, ਅਸੀਂ ਲੋਕਾਂ 'ਚ ਵੱਧ ਤੋਂ ਵੱਧ ਵਿਚਰਾਂਗੇ, ਲੋਕਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇੰਨੀ ਗਰਮੀ 'ਚ ਇੰਨਾ ਸਾਡਾ ਸਾਥ ਦਿੱਤਾ। ਅਸੀਂ ਉਹਨਾਂ ਦੇ ਹਮੇਸ਼ਾ ਰਿਣੀ ਵੀ ਰਹਾਂਗੇ ਅਤੇ ਉਹਨਾਂ ਨਾਲ ਮਿਲਦੇ ਜੁਲਦੇ ਵੀ ਰਹਾਂਗੇ। ਲੋਕ ਸਭਾ ਚੋਣਾਂ 2024 7ਵੇਂ ਗੇੜ ਦੀਆਂ ਵੋਟਾਂ ਅੱਜ 1 ਜੂਨ 2024 ਨੂੰ ਪੈ ਰਹੀਆਂ। ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੀਟਾਂ ਦੇ ਉੱਤੇ, 13 ਸੀਟਾਂ ਦੇ ਉੱਤੇ ਬੜੇ ਉਮੀਦਵਾਰ ਜ਼ੋਰ ਲਾ ਰਹੇ ਹੈ, ਪਰ ਇਹਨਾਂ ਸਭ ਦੇ ਵਿਚਕਾਰ ਖਡੂਰ ਸਾਹਿਬ ਦੀ ਸੀਟ ਚਰਚਾਵਾਂ ਦਾ ਵਿਸ਼ਾ ਬਣਦੀ ਹੈ, ਕਿਉਂਕਿ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਉਤਰਦੇ ਨੇ ਆਪਣੀ ਕਿਸਮਤ ਅਜਮਾਉਣ ਦੇ ਲਈ, ਉਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਇਸ ਸੀਟ ਦੇ ਉੱਤੇ ਐਲਾਨ ਕਰਦੇ ਨੇ ਚੋਣਾਂ ਲੜਨ ਦਾ, ਅਤੇ ਨਾਲ ਹੀ ਸਭ ਦੀਆਂ ਨਜ਼ਰਾਂ ਇਸ ਸੀਟ ਦੇ ਉੱਤੇ ਬਣ ਜਾਂਦੀਆਂ। ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਜੱਲੂਪੁਰ ਖੇੜਾ ਦੇ ਵਿੱਚ, ਉਹ ਅਸੀਂ ਦੇਖਿਆ ਵੀ ਅਤੇ ਤੁਹਾਡੇ ਤੱਕ ਲੈ ਕੇ ਵੀ ਆਏ ਹਾਂ, ਪਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਸਾਡੇ ਨਾਲ ਇਹ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਜ ਬੜਾ ਮਾਹੌਲ ਮਗਿਆ ਹੋਇਆ ਜੀ, ਬਾਕੀ ਤਾਂ ਜਿਹੜੇ ਸਾਰੇ ਉਮੀਦਵਾਰ ਹੋਣੇ ਆ ਜੀ ਜਾਂ ਉਹਨਾਂ ਦੇ ਨਾਲ ਦੇ ਸਾਥੀ, ਉਹ ਤਾਂ ਮੈਦਾਨ 'ਚ ਭੱਜੇ ਫਿਰਦੇ ਹੋਣੇ ਆ ਜੀ ਵੀ ਕਿਤੇ ਪਵਾ ਦਈਏ, ਕਿਸੇ ਨੂੰ ਕੁਰਸੀ 'ਤੇ ਬਿਠਾ ਕੇ ਲੈ ਜਾਈਏ, ਕਿਸੇ ਨੂੰ ਗੱਡੀ 'ਚ ਬਿਠਾ ਕੇ ਲੈ ਜਾਈਏ, ਤੁਸੀਂ ਘਰੇ ਬੈਠੇ ਹੋ? ਨਹੀਂ ਜੀ, ਸਾਡੇ ਜਿਹੜੀ ਸਾਰੀ ਜ਼ਿੰਮੇਵਾਰੀ ਸੰਗਤਾਂ ਨੇ ਸਾਂਭੀ ਹੋਈ ਹੈ, ਇਸ ਕਰਕੇ ਉਹ ਕਹਿੰਦੇ ਤੁਸੀਂ ਨਿਸ਼ਚਿੰਤ ਰਹੋ, ਅਸੀਂ ਸਾਰਾ ਕੁਛ ਕਿੱਦਾਂ ਬਜ਼ੁਰਗਾਂ ਨੂੰ ਪਹੁੰਚਾਉਣਾ ਵਾ ਜਾਂ ਜੋ ਵੀ ਅਸੀਂ ਕਰਨਾ ਅਸੀਂ ਕਰ ਰਹੇ ਹਾਂ, ਅਤੇ ਤੁਹਾਡੀ ਵੈਸੇ ਸਾਨੂੰ ਕੋਈ, ਤੁਸੀਂ ਆਰਾਮ ਕਰੋ, ਤੁਸੀਂ ਬਹੁਤ ਮਿਹਨਤ ਕੀਤੀ ਇਹਨਾਂ ਦਿਨ, ਇਸ ਕਰਕੇ ਅਸੀਂ ਸਾਰਾ ਕੁਛ ਖੁਦ ਕਰਾਂਗੇ। ਭਾਈ ਅੰਮ੍ਰਿਤਪਾਲ ਸਿੰਘ ਭਾਵੇਂ ਅੰਦਰ ਹੈ ਜੀ, ਤੁਸੀਂ ਜ਼ੋਰ ਲਾਇਆ ਇੱਥੇ, ਤੁਸੀਂ ਪ੍ਰਚਾਰ ਕੀਤਾ, ਜਦੋਂ ਅਜਿਹਾ ਦਿਨ ਹੁੰਦਾ ਜੀ, ਫੈਸਲੇ ਦੀ ਘੜੀ ਹੁੰਦੀ ਹੈ ਜਾਂ ਕਹਿ ਲਓ ਵੀ ਇਮਤਿਹਾਨ ਦਾ ਦਿਨ ਹੁੰਦਾ ਜੀ, ਤਾਂ ਉਸ ਦਿਨ ਬੜੀ ਧੜਕਣ ਵਧੀ ਹੁੰਦੀ ਆ। ਆਪਾਂ ਆਮ ਦੁਨਿਆਵੀ ਗੱਲ ਕਰੀਏ, ਪੜ੍ਹਾਈ ਦੀ ਗੱਲ ਕਰ ਲਈਏ, ਉੱਥੇ ਵੀ ਇਹੀ ਕੰਮ ਹੁੰਦਾ ਜੀ, ਬੜੀ ਟੈਨਸ਼ਨ ਹੁੰਦੀ। ਅੱਜ ਕੁਛ ਬੋਝ ਹੈਗਾ ਮਨ 'ਤੇ ਜਾਂ ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਹੈ? ਨਹੀਂ, ਅਸੀਂ ਪੂਰੀ ਚੜ੍ਹਦੀ ਕਲਾ 'ਚ ਜੀ, ਅਸੀਂ ਪਹਿਲਾਂ ਵੀ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਸਾਰਾ ਕੁਛ ਕਰਦੇ ਹਾਂ, ਬਾਕੀ ਦੂਸਰਾ ਕਿ ਸੰਗਤਾਂ ਦਾ ਸ਼ਾਹ ਹੀ ਇੰਨਾ, ਅਤੇ ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਕੋਈ ਇੱਦਾਂ ਦੀ ਅਸੀਂ ਬਹੁਤ ਪੋਜੀਟਿਵ ਖਬਰਾਂ ਮਿਲ ਰਹੀਆਂ, ਇਸ ਕਰਕੇ ਆਪਾਂ ਤਾਂ ਪੂਰੀ ਚੜ੍ਹਦੀ ਕਲਾ 'ਚ, ਇਸ ਕਰਕੇ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ। ਅਤੇ ਬਹੁਤ ਇਸ ਦਿਨ ਦੀ ਸਾਨੂੰ ਬਹੁਤ ਵੱਡੀ ਉਡੀਕ ਸੀ, ਅੱਜ ਆਇਆ, ਅੱਜ ਫੈਸਲੇ ਦੀ ਘੜੀ ਆ, ਲੋਕਾਂ ਨੇ ਆਪਣਾ ਫੈਸਲਾ ਦੇ ਦੇਣਾ ਅਤੇ 4 ਤਰੀਕ ਨੂੰ ਬਾਹਰ ਆ ਜਾਣਾ, ਅਤੇ ਮੇਰਾ ਖਿਆਲ ਹੈ ਕਿ
ਅਸੀਂ ਉਸ ਦਿਨ ਦੀ ਬੜੀ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਉਸ ਦਿਨ ਸਾਨੂੰ ਪਤਾ ਹੈ ਕਿ ਬਹੁਤ ਵੱਡੇ ਲੀਡ ਨਾਲ ਅੰਮ੍ਰਿਤਪਾਲ ਜਿੱਤਣਗੇ, ਕਿਉਂ ਜਿਨ੍ਹਾਂ ਲੋਕਾਂ ਦਾ ਪਿਆਰ ਹੰਗਾਰਾ, ਜਿਨ੍ਹਾਂ ਲੋਕਾਂ ਨੇ ਬੜੀ ਆਪਣੀ ਆਪਣਾ ਸਮਝ ਕੇ ਸਭ ਜ਼ਿੰਮੇਵਾਰੀ ਨਿਭਾਈ ਹੈ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਦੇਸ਼ਾਂ ਵਿਦੇਸ਼ਾਂ 'ਚੋਂ, ਇਹ ਪੰਜਾਬ ਤੋਂ ਬਾਹਰ ਦੇ ਪੂਰੇ ਇੰਡੀਆ ਤੋਂ, ਬੰਬੇ ਤੋਂ ਲੋਕ ਆ ਕੇ ਸਪੋਰਟ ਕਰ ਰਹੇ ਆ, ਕੋਈ ਕਿਤੇ ਯੂਪੀ ਤੋਂ ਆ ਰਿਹਾ, ਕੋਈ ਕਿਤੇੋਂ ਆ ਰਿਹਾ, ਜਿਹਦੇ ਇਸ ਕਰਕੇ ਸਾਨੂੰ ਇਹ ਕੋਈ ਚਿੰਤਾ ਵਾਲੀ ਗੱਲ ਨਹੀਂ। ਮਾਤਾ ਜੀ, ਜਦੋਂ ਤੁਸੀਂ ਇਸ ਘਰ ਦੇ ਵਿੱਚ ਆਉਂਦੇ ਹੋ, ਉਦੋਂ ਤੁਸੀਂ ਕਦੇ ਸੋਚਿਆ ਸੀ ਵੀ ਆਹ ਵੀ ਦਿਨ ਆਊਗਾ? ਕਿਉਂਕਿ ਲੋਕ ਪਿੰਡਾਂ ਦੀ ਸਰਪੰਚੀ ਤੱਕ ਦਾ ਨਹੀਂ ਸੋਚਦੇ, ਪਰ ਇਹ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਅਤੇ ਇਹੋ ਜਿਹਾ ਮਾਹੌਲ ਬਣ ਗਿਆ ਜੀ, ਉਦੋਂ ਕਦੀ ਇਹ ਉਮੀਦ ਲਾਈ ਸੀ ਵੀ ਇੱਦਾਂ ਦੀ ਕਦੀ ਹੋਊਗਾ, ਅਸੀਂ ਪ੍ਰਚਾਰ ਕਰਾਂਗੇ ਲੋਕ ਸਭਾ ਚੋਣਾਂ? ਦੇਖੋ, ਪਹਿਲਾਂ ਤਾਂ ਇੱਦਾਂ ਦਾ ਕਦੀ ਨਹੀਂ ਸੋਚਿਆ। ਜਿਉਂ ਮੋਰਚਾ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠੇ ਆਪਾਂ 2-3 ਮਹੀਨੇ, ਉਹਨਾਂ ਨੇ ਹੀ ਖੇਡ ਰਚਾਈ ਆ, ਉੱਥੇ ਬਹਿਣ ਨਾਲ ਹੀ ਸਾਡਾ ਜੋ ਵੀ ਪ੍ਰੋਗਰਾਮ ਬਣਿਆ ਉੱਥੇ ਬਹਿਣ ਨਾਲ ਹੀ ਬਣਿਆ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਗੁਰੂ ਰਾਮਦਾਸ ਦੀ ਕਿਰਪਾ ਨਾਲ ਹੀ ਬਣਿਆ। ਉੱਥੇ ਮੋਰਚਾ ਲਾਉਣਾ ਸੀ, ਉੱਥੇ ਹੀ ਇਹ ਪ੍ਰੋਗਰਾਮ, ਪਹਿਲਾਂ ਕਦੀ ਸੋਚਦੇ ਨਹੀਂ ਮੈਂ ਰਾਜਨੀਤੀ 'ਚ ਆਉਣਾ, ਉਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉੱਥੋਂ ਹੀ ਇਹ ਸਾਰਾ ਪ੍ਰੋਗਰਾਮ ਬਣਿਆ। ਤੁਹਾਡਾ ਵੈਸੇ ਸੁਭਾਅ ਕਿਸ ਤਰ੍ਹਾਂ ਦਾ ਸੀ? ਪਿੰਡ ਪੱਧਰ ਦੀ ਰਾਜਨੀਤੀ ਦੀ ਗੱਲ ਜੇ ਕਰੀਏ, ਕਦੇ ਤੁਸੀਂ ਸ਼ਮੂਲੀਅਤ ਕਰਦੇ ਸੀ ਰਾਜਨੀਤੀ ਦੇ ਵਿੱਚ, ਇੰਟਰਸਟ ਲੈਂਦੇ ਸੀ, ਹਿੱਸਾ ਲੈਂਦੇ ਸੀ? ਹਾਂਜੀ, ਸਾਡੇ ਇਹਦੇ ਚਾਚਾ ਜੀ ਪਹਿਲਾਂ 5 ਸਾਲ ਸਰਪੰਚ ਰਹੇ, ਉਦੋਂ ਵੀ ਅਸੀਂ ਪਿੰਡ 'ਚ ਇੱਦਾਂ ਲੋਕਾਂ 'ਚ ਵਿਚਰੇ ਹਾਂ, ਉਦੋਂ ਵੀ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਵੱਡੀ ਲੀਡ ਨਾਲ ਇਹ ਜਿੱਤੇ, ਸਰਪੰਚ ਬਣੇ, ਬਹੁਤ ਫਸਵਾਂ ਮੁਕਾਬਲਾ ਸੀ, ਫਿਰ ਵੀ ਬਹੁਤ ਵੋਟਾਂ ਨਾਲ ਇਹ ਜਿੱਤੇ ਸੀ। ਸਾਰੇ ਪਿੰਡ 'ਚ ਹੀ ਸਾਡਾ ਬਹੁਤ ਪਿਆਰ ਆ ਅਤੇ ਸਾਰਾ ਪਿੰਡ ਹੀ ਬੜਾ ਸਹਿਯੋਗ ਦੇ ਰਿਹਾ। ਜਿੱਦਾਂ ਅੱਜ ਪਿੰਡ ਦਾ ਮਾਹੌਲ ਜੇ ਦੇਖੀਏ ਕਿਸ ਤਰ੍ਹਾਂ ਦਾ ਰਿਹਾ ਜੀ, ਪਿੰਡ ਦੇ ਵਿੱਚ ਤੁਹਾਨੂੰ ਘਰ ਘਰ ਜਾਣਾ ਪਿਆ ਆਪਣੇ ਪਿੰਡ ਦੇ ਵਿੱਚ, ਜਾਂ ਲੋਕਾਂ ਦਾ ਉੱਥੇ ਤੁਸੀਂ ਵੋਟ ਵੀ ਪਾ ਕੇ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਸੀ? ਬਹੁਤ ਵਧੀਆ, ਉੱਥੇ ਤੁਸੀਂ ਵੇਖਣਾ ਸੀ ਕਿੰਨਾ ਸੰਗਤਾਂ 'ਚ ਉਤਸ਼ਾਹ ਹੈ ਵੀ 7 ਵਜੇ ਤੋਂ ਉੱਥੇ ਲੈਣਾ ਲੱਗ ਗਈਆਂ ਸੀ, ਨਹੀਂ ਤਾਂ MP ਦੀਆਂ ਚੋਣਾਂ 'ਚ ਤਾਂ ਲੋਕਾਂ ਨੂੰ ਇੰਨਾ ਉਤਸ਼ਾਹ ਨਹੀਂ ਹੁੰਦਾ, ਪਰ ਇਸ ਵਾਰ ਅੰਮ੍ਰਿਤਪਾਲ ਦੇ ਖੜ੍ਹੇ ਹੋਣ ਨਾਲ ਲੋਕਾਂ ਨੂੰ ਬਹੁਤ ਉਤਸ਼ਾਹ ਸੀ, 7 ਵਜੇ ਤੋਂ ਉੱਥੇ ਲੈਣਾ ਲੱਗੀਆਂ ਸੀ, ਸਾਰੇ ਪਿੰਡ ਦੇ ਲੋਕ ਪਹੁੰਚੇ ਹੋਏ ਸੀ ਉੱਥੇ। ਅਤੇ ਹੁਣ ਜਦੋਂ ਤੁਸੀਂ ਇਹ ਪ੍ਰਚਾਰ ਸ਼ੁਰੂ ਕਰਦੇ ਹੋ, ਕਿਸ ਤਰ੍ਹਾਂ ਦਾ ਫਿਰ ਆਰੰਭ ਤੋਂ ਲੈ ਕੇ ਅੱਜ ਆਖਰੀ ਦਿਨ ਪ੍ਰਚਾਰ ਦਾ ਲੰਘ ਗਿਆ ਜੀ, ਅਤੇ ਅੱਜ ਵੋਟਾਂ ਦਾ ਦਿਨ ਆ ਗਿਆ, ਇਹ ਸਾਰਾ ਜਿਹੜਾ ਸਫ਼ਰ ਹੈ ਇਹ ਕਿੱਦਾਂ ਦਾ ਰਿਹਾ ਜੀ ਤੁਹਾਡਾ? ਅਸੀਂ 30 ਤਰੀਕ ਤੋਂ ਪ੍ਰਚਾਰ ਸ਼ੁਰੂ ਕੀਤਾ ਸੀ, ਉੱਥੋਂ ਹੀ ਉੱਦਣ ਖਡੂਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਗੁਰੂਆਂ ਨੂੰ ਵੀ ਨਮਸਤਕ ਹੋਏ ਹਾਂ, ਅਤੇ ਬਾਕੀ ਜਿੰਨਾ ਵੀ ਆਪਾਂ ਮਹੀਨਾ ਪ੍ਰਚਾਰ ਕੀਤਾ ਨਾ, ਬਹੁਤ ਹੀ ਵਧੀਆ ਸੰਗਤਾਂ ਦਾ ਰਿਸਪੋਂਸ ਮਿਲਿਆ। ਜਿਸ ਵੀ ਪਿੰਡ 'ਚ ਗਏ ਹਾਂ, ਬਹੁਤ ਵੱਡੇ ਵੱਡੇ ਇਕੱਠ ਸੀ, ਅਤੇ ਸੰਗਤਾਂ ਆਪ ਮੁਹਾਰੇ ਕਹਿੰਦੇ ਵੀ ਤੁਸੀਂ ਨਹੀਂ ਆਉਣਾ, ਅਸੀਂ ਆਪਣੀ ਜ਼ਿੰਮੇਵਾਰੀ ਆਪ ਸਾਂਭਾਂਗੇ, ਵੀ ਤੁਸੀਂ ਸਾਡੇ ਪਿੰਡ ਆਉਣ ਦੀ ਲੋੜ ਨਹੀਂ, ਸਾਡਾ ਸਾਰਾ ਪਿੰਡ ਹੀ ਇੱਕ ਪਾਸੇ ਆ। ਬਹੁਤ ਵਧੀਆ ਸੰਗਤਾਂ ਦਾ ਰਿਸਪੋਂਸ ਮਿਲਿਆ। ਮੁਸ਼ਕਲਾਂ ਵੀ ਆਈਆਂ ਇਸ ਸਫ਼ਰ ਦੇ ਵਿੱਚ ਜੀ? ਪਹਿਲੀ ਵਾਰ ਤੁਸੀਂ ਆਏ ਇਸ ਚੋਣ ਪ੍ਰਚਾਰ ਦੇ ਵਿੱਚ, ਰਾਜਨੀਤੀ ਦੇ ਵਿੱਚ ਆਏ ਜੀ। ਰਾਜਨੀਤੀ ਕਹਿੰਦੇ ਬੜੇ ਸੋਚ ਸਮਝ ਕੇ ਕਰਨ ਵਾਲੀ ਚੀਜ਼ ਆ, ਹਰ ਕੋਈ ਰਾਜਨੀਤੀ ਨਹੀਂ ਕਰ ਸਕਦਾ ਜੀ, ਇੱਕ ਇੱਕ ਸ਼ਬਦ ਦੇ ਉੱਤੇ ਗੌਰ ਕਰਨਾ ਪੈਂਦਾ, ਇਹ ਫਿਰ ਮੁਸ਼ਕਲ ਵੀ ਕੋਈ ਆਈ? ਮੁਸ਼ਕਲ ਨਹੀਂ ਆਈ, ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਚੱਲੇ ਹਾਂ, ਉਹਦੇ ਉਹਨਾਂ ਦੇ ਆਸਰੇ ਨਾਲ ਕੋਈ ਵੀ ਸਾਨੂੰ ਮੁਸ਼ਕਲ ਨਹੀਂ ਆਈ, ਚੜ੍ਹਦੀ ਕਲਾ 'ਚ ਅਸੀਂ ਪ੍ਰਚਾਰ ਕੀਤਾ ਵਾ। ਬਾਕੀ ਰਾਜਨੀਤੀ ਵੀ ਅਸੀਂ ਇੱਕੋ ਸੋਚ ਕੇ ਨਹੀਂ ਚੱਲੇ, ਅਸੀਂ ਜੋ ਵੀ ਗੱਲ ਮੂੰਹ 'ਚ ਆਉਂਦੀ ਕਹਿ ਦਿੰਦੇ, ਗੁਰੂ ਦੀ ਕਿਰਪਾ ਸਾਡੇ 'ਤੇ ਬਹੁਤ ਹੀ ਵਧੀਆ ਹੋਇਆ, ਪ੍ਰਚਾਰ ਵੀ ਹੋਇਆ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਬਹੁਤ ਵਧੀਆ ਸੀ ਰਿਸਪੋਂਸ। ਰਾਜਨੀਤਿਕ ਲੀਡਰਾਂ ਦੇ ਵਿੱਚ ਸੀ ਜੀ ਜਿਨ੍ਹਾਂ ਦੇ ਤੁਸੀਂ ਖਿਲਾਫ਼ ਕੈਂਡੀਡੇਟ ਦੇ ਵਜੋਂ ਅੰਮ੍ਰਿਤਪਾਲ ਸਿੰਘ ਹੋਰੀ ਉਤਰੇ, ਤਾਂ ਉਹ ਤਾਂ ਬੜੇ ਪੁਰਾਣੇ ਆ ਜੀ, ਉਹਨਾਂ ਦੇ ਤਜ਼ਰਬੇ ਬਹੁਤ ਆ, ਉਹ ਪਾਰਟੀਆਂ ਬੜੀਆਂ ਪੁਰਾਣੀਆਂ ਜੀ, ਉਹਨਾਂ ਨੂੰ ਰਾਜਨੀਤੀ ਦੇ ਦਾਅ ਪੇਚ ਸਾਰਾ ਕੁਝ ਆਉਂਦਾ ਜੀ, ਤੁਹਾਨੂੰ ਉਹਨਾਂ ਦੇ ਜਦੋਂ ਬਿਆਨ ਆਉਣੇ ਸ਼ੁਰੂ ਹੋਏ, ਜਦੋਂ ਇੱਕ ਮਾਹੌਲ ਬਣ ਗਿਆ ਜੀ, ਭਾਈ ਅੰਮ੍ਰਿਤਪਾਲ ਸਿੰਘ ਦੀ ਖਿਲਾਫਤ ਵੀ ਉਹਨਾਂ ਵੱਲੋਂ ਕਰਨੀ ਸ਼ੁਰੂ ਹੋਈ, ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਫਿਰ? ਇਹ ਜੀ ਜਿਹੜੀ ਹੁਣ ਅਜੋਕੀ ਰਾਜਨੀਤੀ ਚੱਲ ਰਹੀ ਹੈ ਨਾ, ਉਹ ਸਾਰੀ ਝੂਠ, ਬੇਈਮਾਨੀ, ਧੋਖੇਬਾਜ਼ੀ, ਇਲਜ਼ਾਮਬਾਜ਼ੀ ਦੇ ਉੱਪਰ ਟਿਕੀ ਹੋਈ, ਅਤੇ ਅਸੀਂ ਤਾਂ ਗੁਰੂ, ਸਾਡਾ ਕੋਈ ਧੰਦਾ ਨਹੀਂ ਗਾ ਰਾਜਨੀਤੀ ਕਰਨ, ਅਸੀਂ ਤਾਂ ਜੇ ਰਾਜਨੀਤੀ 'ਚ ਆਏ ਵੀ ਤਾਂ ਅਸੀਂ ਸੱਚੀ ਸੁੱਚੀ ਗੁਰੂ ਸਾਹਿਬ ਦੇ ਭੈ ਭਾਵਨੀ 'ਚ ਰਹਿ ਕੇ ਕਰਦੇ, ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਇਹ ਲੋਕ ਹੁਣ ਜਿੱਦਾਂ ਦੀ ਉਹ ਇਲਜ਼ਾਮਬਾਜ਼ੀ ਲਾਉਂਦੇ, ਲੋਕ ਬਹੁਤ ਸਿਆਣੇ ਹੋ ਚੁੱਕੇ, ਉਹਨਾਂ ਨੂੰ ਪਤਾ ਕਿ ਰਾਜਨੀਤਿਕ ਲੀਡਰਾਂ ਦਾ ਧੰਦਾ ਹੀ ਇਹ ਹੁੰਦਾ ਵੀ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰਨੀ, ਉਹਦੇ ਕਰਨਾ। ਮੇਰੇ ਖਿਆਲ ਕਿ ਸੱਚਾਈ ਸੱਚਾਈ ਰਹਿੰਦੀ ਹੈ,
ਇਸ ਕਰਕੇ ਸਾਨੂੰ ਨਾ ਉਹਨਾਂ ਨੇ ਜੋ ਮਰਜ਼ੀ ਕਿਹਾ, ਪਰ ਅਸੀਂ ਤਾਂ ਕਹਿੰਦੇ ਕਿ ਇੱਕ ਸਾਡੇ ਲਈ ਅੱਜ ਵੀ ਸਾਰੇ ਸਤਿਕਾਰ ਕੀਤੀ ਹੈ ਜੀ। ਅਸੀਂ ਕੋਈ ਉਹੋ ਜਿਹੀ ਨੀਵੇਂ ਪੱਧਰ ਦੀ ਕਿਸੇ ਧੀ ਭੈਣ ਬਾਰੇ ਜਾਂ ਕੋਈ ਇਹੋ ਜਿਹੀਆਂ ਗਲਤਾਂ ਸਾਡੀ ਜ਼ਬਾਨ 'ਚੋਂ ਅੱਜ ਸਾਨੂੰ ਇਜਾਜ਼ਤ ਹੀ ਨਹੀਂ ਦਿੰਦੀ ਸਾਡੀ ਜ਼ਮੀਰ ਕਿ ਇੱਦਾਂ ਦੇ ਬੋਲ ਬੋਲੇਗਾ। ਤੁਸੀਂ ਉਹਨਾਂ ਦਾ ਜਵਾਬ ਨਹੀਂ ਦਿੱਤੇ ਜੀ, ਚਲੋ ਜੋ ਰਾਜਨੀਤਿਕ ਬਿਆਨਬਾਜ਼ੀਆਂ ਆਈਆਂ, ਤੁਸੀਂ ਕਹਿੰਦੇ ਵੀ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ, ਪਰ ਫਿਰ ਕੁਝ ਧਾਰਮਿਕ ਸ਼ਖਸੀਅਤਾਂ ਆਈਆਂ ਜੀ, ਭਾਈ ਅਵਤਾਰ ਸਿੰਘ ਖੰਡਾ ਹੋਰਾਂ ਦੇ ਮਾਤਾ ਜੀ ਦੀ ਇੱਕ ਵੀਡੀਓ ਆਉਂਦੀ ਹੈ ਜੀ, ਉਹ ਜਿਹੜੀ ਚੀਜ਼ਾਂ ਆਉਂਦੀ ਉਹਨੂੰ ਕਿੱਦਾਂ ਦੇਖਦੇ? ਇਹ ਜੀ ਅਵਤਾਰ ਸਿੰਘ ਖੰਡਾ ਸਾਡੇ ਕੌਮੀ ਨਾਇਕ ਆ, ਨਿਜਰ ਸਾਹਿਬ ਆ, ਹੋਰ ਜਿਹੜੇ ਵੀ ਜਿਨ੍ਹਾਂ ਨੇ ਸਾਡੀ ਕੌਮ ਲਈ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਇਸ ਕਰਕੇ ਉਹ ਸਾਡੇ ਹਮੇਸ਼ਾ ਹੀ ਨਾਇਕ ਰਹਿਣਗੇ। ਉਹਨਾਂ ਦੇ ਮਾਤਾ ਵੀ ਸਾਡੇ ਬਹੁਤ ਸਤਿਕਾਰਯੋਗ ਆ ਅਤੇ ਸਤਿਕਾਰਯੋਗ ਹੀ ਰਹਿਣਗੇ। ਚਲੋ ਕਿਸੇ ਵੇਲੇ ਜੋ ਵੀ ਕੋਈ ਗਲਤ ਫਹਿਮੀ ਹੋ ਜਾਵੇ ਜਾਂ ਜੋ ਵੀ, ਅਸੀਂ ਉਹਦੇ 'ਤੇ ਕੋਈ ਨਹੀਂ ਕਹਿਣਾ ਚਾਹੁੰਦੇ। ਹੁਣ ਤੁਸੀਂ ਪ੍ਰਚਾਰ ਕਰਨ ਦੇ ਲਈ ਅੱਜ ਜਾਊਂਗੇ ਫਿਰ ਮਾੜਾ ਮੋਟਾ ਦੇਖਣ ਦੇ ਲਈ ਜਾਂ ਆਪਣਾ ਬੂਥ ਦੇਖਣ ਦੇ ਲਈ ਜਾਂ ਲੋਕਾਂ ਜਿਹੜੇ ਤੁਹਾਡੇ ਟੀਮ ਭੇਜੀ ਹੋਈ ਆ, ਜਾਂ ਫਿਰ ਅੱਜ ਸਾਰੀ ਦਿਹਾੜੀ ਘਰੇ ਰਹਿਣਾ ਜੀ? ਅੱਜ ਵੈਸੇ ਤਾਂ ਸਾਡਾ ਤਾਂ ਰਹਿੰਦਾ ਸੀ, ਸਾਡੀ ਟੀਮ ਕਹਿੰਦੇ ਕਿ ਜੇ ਤੁਸੀਂ ਜਾਓਗੇ ਨਾ ਤਾਂ ਲੋਕਾਂ ਦੇ ਜਿੰਨਾ ਪਿਆਰ ਸਤਿਕਾਰ ਉਹ ਲੋਕ ਤੁਹਾਡੇ ਸਭ ਨਾਲ ਫੋਟੋ ਖਿਚਾਉਣ ਵਾਸਤੇ ਇਕੱਠੇ ਹੋ ਜਾਣਗੇ। ਇਸ ਕਰਕੇ ਤੁਸੀਂ ਅੱਜ ਦਾ ਦਿਨ ਰੁਕੋ ਅਤੇ ਕੱਲ੍ਹ ਤੋਂ ਤੁਸੀਂ ਸੰਗਤਾਂ ਨੂੰ ਫਿਰ ਦੁਬਾਰਾ, ਅਸੀਂ ਇਹ ਨਹੀਂ ਕਿ ਲੋਕਾਂ ਨੂੰ ਇਲੈਕਸ਼ਨ ਮੁੱਕ ਜੂਗੀ ਅਤੇ ਅਸੀਂ ਅੰਦਰ ਵੜ ਜਾਵਾਂਗੇ, ਅਸੀਂ ਲੋਕਾਂ 'ਚ ਵੱਧ ਤੋਂ ਵੱਧ ਵਿਚਰਾਂਗੇ, ਲੋਕਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇੰਨੀ ਗਰਮੀ 'ਚ ਇੰਨਾ ਸਾਡਾ ਸਾਥ ਦਿੱਤਾ। ਅਸੀਂ ਉਹਨਾਂ ਦੇ ਹਮੇਸ਼ਾ ਰਿਣੀ ਵੀ ਰਹਾਂਗੇ ਅਤੇ ਉਹਨਾਂ ਨਾਲ ਮਿਲਦੇ ਜੁਲਦੇ ਵੀ ਰਹਾਂਗੇ। ਕੀ ਲੱਗਦਾ ਤੁਹਾਨੂੰ ਵੀ ਜਿਸ ਤਰ੍ਹਾਂ ਦਾ ਮਾਹੌਲ ਹੈ, ਇਹ ਕਿੰਨੀ ਕੁ ਦੇਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਸ਼ਾਮ 6 ਵਜੇ ਤੱਕ ਦਾ ਸਮਾਂ ਭਾਵੇਂ ਦਿੱਤਾ ਗਿਆ, ਲੱਗਦਾ ਵੀ 6 ਵਜੇ ਤੱਕ ਲੋਕ ਕਈ ਵਾਰ ਇਹ ਸੋਚ ਲੈਂਦੇ ਵੀ ਚਲੋ ਛੱਡੋ ਫਿਰ ਜਾਵਾਂਗੇ ਜਾਂ ਰਹਿਣ ਦਿੰਦੇ ਹਾਂ, ਅਜਿਹਾ ਵੀ ਸੋਚ ਲੈਂਦੇ? ਇੱਥੇ ਦਾ ਮਾਹੌਲ ਕਿੱਦਾਂ ਦਾ ਹੈ, ਲੱਗਦਾ ਵੀ ਛੇਤੀ ਭੁਗਤ ਜੂਗੀ ਵੋਟਿੰਗ? ਨਹੀਂ, ਇਹ ਜੀ ਕੰਟੀਨਿਊ ਚੱਲਦਾ ਰਹੂਗਾ ਪ੍ਰੋਸੈਸ, ਲੋਕ ਰੁਕਣਗੇ ਨਹੀਂ, ਲਾਈਨਾਂ ਲੱਗੀਆਂ ਰਹਿਣਗੀਆਂ। ਹੁਣ ਇਹ ਕਿੰਨੇ ਵਜੇ ਤੱਕ ਹੋ ਜਾਂਦਾ ਵਾ, ਇਹ ਮੇਰੇ ਖਿਆਲ 5 ਵਜੇ ਹੁੰਦਾ, 7 ਵਜੇ ਹੁੰਦਾ, ਇਹ ਤਾਂ 5 ਵਜੇ ਤੱਕ ਐਂਟਰੀ ਕਰਨੀ ਹੁੰਦੀ ਹੈ, ਵੀ ਉਦੋਂ ਬਾਅਦ 'ਚ ਪ੍ਰਸ਼ਾਸਨ ਉਹਨਾਂ ਦੀ ਡਿਊਟੀ ਹੈ ਕਿ ਜਿੰਨੇ ਵੀ ਅੰਦਰ ਆ ਜਾਣਗੇ ਬੰਦੇ ਉਹਨਾਂ ਦੀ ਵੋਟ ਭੁਗਤਾਉਣ ਦੀ। ਅਤੇ ਮੇਰਾ ਖਿਆਲ ਹੁਣ ਦੇਖੋ ਕਿੰਨੇ ਵਜੇ ਤੱਕ ਚੱਲਦਾ, ਅਤੇ ਸਾਰੀ ਵੋਟਿੰਗ ਮੇਰੇ ਖਿਆਲ ਹੈ ਕਿ ਕਾਫੀ ਹੱਦ ਤੱਕ, ਕਾਫੀ ਮਤਲਬ ਪਰਸੈਂਟੇਜ ਜਿਹੜੀ ਆ ਮੈਨੂੰ ਲੱਗਦਾ ਕਿ 80% ਤੋਂ ਉੱਪਰ ਹੀ ਪੋਲਿੰਗ ਹੋਊਗੀ। ਅਤੇ ਮਾਤਾ ਜੀ, ਇੱਕ ਜੂਨ ਦਾ ਮਹੀਨਾ ਹੈ ਜੀ, ਜੂਨ ਦਾ ਮਹੀਨਾ ਖਾਸ ਕਰਕੇ ਦੇਖਿਆ ਜਾਂਦਾ ਵੀ ਉੱਥੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਉਹ ਦਿਨ ਨੂੰ ਲੈ ਕੇ ਬਹੁਤ ਸਾਰੀ ਗੱਲਾਂ ਆਈਆਂ। ਜੇ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਜਿੱਤਦੇ ਆ ਜੀ, ਜਿਸ ਤਰ੍ਹਾਂ ਤੁਸੀਂ ਉਤਸ਼ਾਹ ਦੱਸਦੇ ਹੋ, ਤਾਂ ਫਿਰ ਕਿਸ ਤਰ੍ਹਾਂ ਉਹ ਦਿਨ ਨੂੰ ਦੇਖਿਆ ਜਾਊਗਾ ਜਿੱਤਦੇ ਦੇ? ਦੇਖੋ, ਇਹ ਸਾਡੇ ਜਿਹੜੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਦਿਹਾੜੇ ਆ, ਸਾਨੂੰ ਗੁਰੂ ਮਹਾਰਾਜ ਜਿੱਤ ਵੀ ਪ੍ਰਾਪਤ ਕਰਦੇ ਹਨ, ਦਿੰਦਾ ਵਾ, ਤਾਂ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ, ਦੇਖ ਕਰਾਵਾਂਗੇ, ਪਾਠ ਕਰਾਂਗੇ ਸੁਖਮਨੀ ਸਾਹਿਬ ਦਾ, ਕੋਈ ਵੀ ਜਿੱਤ ਦਾ ਜਸ਼ਨ ਜਿਹੜਾ ਅਸੀਂ ਨਹੀਂ ਮਨਾਵਾਂਗੇ, ਗੁਰੂ ਮਹਾਰਾਜ ਦਾ ਸ਼ੁਕਰਾਨਾ ਹੀ ਕਰਾਂਗੇ, ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਆ। ਇੱਕ ਹੋਰ ਗੱਲ ਆਉਂਦੀ ਹੈ ਵੀ ਇੱਕ ਇਲਜ਼ਾਮ ਇਹ ਵੀ ਲਾਇਆ ਗਿਆ ਸੀ, ਹੁਣ ਚਰਚਾਵਾਂ ਜਿਹਦੇ ਵਿੱਚ ਆ ਗਿਆ ਵੀ ਤੁਸੀਂ ਕਾਂਗਰਸ ਦੇ ਲਈ ਪ੍ਰਚਾਰ ਵੀ ਪਹਿਲਾਂ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੀਤਾ ਸੀ, ਬਲਟੋਹਾ ਹੋਰੀ ਕਹਿੰਦੇ ਆ ਵੀ ਲੋਕ ਸਭਾ ਚੋਣਾਂ 'ਤੇ ਕਾਂਗਰਸ ਦੇ ਲਈ ਪ੍ਰਚਾਰ ਕਰਦੇ, ਹਰਮਿੰਦਰ ਗਿੱਲ ਔਰ ਡਿੰਪਾ ਹੋਰਾਂ ਦੇ ਲਈ, ਪਰ ਹੁਣ ਕਾਂਗਰਸ ਨੂੰ ਭੰਡੀ ਜਾਂਦੇ? ਅਸੀਂ ਤਾਂ ਕੋਈ ਪ੍ਰਚਾਰ ਨਹੀਂ ਕੀਤਾ, ਅਸੀਂ ਤਾਂ ਉਦੋਂ ਵੀ ਬੀਬੀ ਖਾਲੜਾ ਨੂੰ ਵੋਟਾਂ ਪਾਈਆਂ, ਇਹ ਤਾਂ ਝੂਠ 'ਤੇ ਹੁਣ ਤੁਲੇ ਆ, ਝੂਠ ਬੋਲਣ ਡਿਆ, ਇਹਨਾਂ ਨੂੰ ਹੋਰ ਕੁਛ ਰਾਹ ਨਹੀਂ ਦਿਖਦਾ, ਅਤੇ ਬਾਕੀ ਅਸੀਂ ਕੋਈ ਪ੍ਰਚਾਰ ਨਹੀਂ ਕੀਤਾ ਕਾਂਗਰਸ ਦਾ। ਕਿੰਨੀ ਲੀਡ ਲੱਗਦੀ ਤੁਸੀਂ ਵੀ ਲੈ ਕੇ ਜਾਓਗੇ, ਕੋਈ ਦਾਅਵਾ ਵੀ ਹੈਗਾ ਤੁਹਾਡਾ ਵੀ ਅਸੀਂ ਆਹ ਇੰਨੇ ਦਾਅਵੇ ਨਾਲ ਜਾਵਾਂਗੇ, ਜਾਂ ਕੋਈ 13-0 ਦਾ ਦਾਅਵਾ ਕਰ ਦਿੰਦਾ ਜੀ, ਕੋਈ ਕੁਛ ਦਾਅਵਾ ਕਰਦਾ, ਤੁਹਾਨੂੰ ਕੀ ਲੱਗਦਾ ਵੀ ਕੋਈ ਦਾਅਵਾ ਕਰੋਗੇ ਵੀ ਇੰਨੀ ਲੀਡ ਨਾਲ ਅਸੀਂ ਜਾਵਾਂਗੇ ਜਾਂ ਦਾਅਵਾ ਕਰ? ਨਹੀਂ, ਇਹ ਲੀਡ ਸਾਡੀ ਲੱਖਾਂ 'ਚ ਹੀ ਹੋਊਗੀ, ਅਤੇ ਪਰ ਦਾਅਵਾ ਤਾਂ ਚਲੋ ਇਹ ਹੁਣ 4 ਤਰੀਕ ਤੱਕ ਆਪਾਂ ਵੇਟ ਹੀ ਕਰੀਏ, ਅਤੇ ਮੇਰੇ ਖਿਆਲ ਵਧੀਆ ਰਹੂਗਾ। ਬਾਕੀ ਇਹਨਾਂ ਕਿ ਜਿੱਤ ਸਾਡੀ ਪੱਕੀ ਯਕੀਨੀ ਆ, ਉਹ ਵੀ ਵੱਡੇ ਮਾਰਜਨ 'ਤੇ ਹੋਊਗੀ, ਪਰ ਇਹ ਚੀਜ਼ਾਂ ਕਿ ਦਾਅਵਾ ਮੇਰੇ ਖਿਆਲ ਹੈ ਕਿ
ਉਹ ਗੁਰੂ ਸਾਹਿਬ ਜਾਣਦੇ, ਇਸ ਕਰਕੇ ਆਪਾਂ ਜ਼ਿਆਦਾ ਐਵੇਂ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਉਹਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਸਾਨੂੰ ਗੁਰੂ ਸੰਗਤਾਂ ਨੇ ਨਾ ਪਿਆਰ ਸਤਿਕਾਰ, ਅੱਜ ਵੀ ਜਿੱਥੋਂ ਖਬਰਾਂ ਆ ਰਹੀਆਂ ਬਹੁਤ ਚੜ੍ਹਦੀ ਕਲਾ 'ਚ, ਇਸ ਕਰਕੇ ਚਲੋ ਸਾਡੀ ਅੱਜ ਦੀ ਕੋਸ਼ਿਸ਼, ਸਾਡੀ ਗੁਰੂ ਮਹਾਰਾਜ ਅੱਗੇ ਵੀ ਅਰਦਾਸ ਬੇਨਤੀ ਕਿ ਸੁੱਖ ਸ਼ਾਂਤੀ ਨਾਲ ਆਪਸੀ ਪ੍ਰੇਮ ਪਿਆਰ ਨਾਲ ਇਹ ਜਿਹੜਾ ਜਿਹੜੀਆਂ ਵੋਟਾਂ ਪੈ ਜਾਣ ਅਤੇ ਲੋਕ ਆਪਣੇ ਘਰਾਂ 'ਚ ਕੋਈ ਉਹਨਾਂ 'ਚ ਇਸ ਵੋਟਾਂ ਨੂੰ ਲੈ ਕੇ ਕੋਈ ਈਰਖਾ ਨਫ਼ਰਤ ਨਾ ਹੋਵੇ। ਬਿਲਕੁਲ, ਸੋ ਇਹ ਅੱਜ ਜੋ ਦਿਨ ਹੈ ਵੋਟਾਂ ਦਾ ਦਿਨ ਹੈ, ਇਸ ਦਿਨ ਦੇ ਵਿੱਚ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਭੱਜ ਦੌੜ ਪਈ ਹੁੰਦੀ ਹੈ ਉਮੀਦਵਾਰਾਂ ਨੂੰ ਵੀ, ਕਿ ਜਾਓ ਫਲਾਣੇ ਬੂਥ 'ਤੇ ਜਾ ਕੇ ਦੇਖੀਏ, ਫਲਾਣੇ ਪਿੰਡ ਜਾ ਕੇ ਦੇਖੀਏ ਕੀ ਹੋ ਰਿਹਾ, ਫੋਨ ਵੱਜਦਾ ਰਹਿੰਦਾ। ਪਰ ਇੱਥੇ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਕੁਝ ਵੀ ਦੇਖਣ ਵਾਲਾ ਨਹੀਂ ਮਿਲ ਰਿਹਾ। ਵੋਟਾਂ ਦਾ ਦਿਨ ਹੋਣ ਦੇ ਬਾਵਜੂਦ ਵੀ, ਚਰਚਾਵਾਂ ਵੱਡੀਆਂ ਹੋਣ ਦੇ ਬਾਵਜੂਦ ਵੀ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਘਰ ਬੈਠੇ ਹੋਏ ਨਜ਼ਰ ਆਉਂਦੇ ਆ, ਪਰ ਹੁਣ ਨਿਗਾਹਾਂ ਬਣੀਆਂ ਰਹਿਣਗੀਆਂ 4 ਤਰੀਕ ਦੇ ਉੱਤੇ। 4 ਤਰੀਕ ਕੀ ਫੈਸਲਾ ਕਰਦੀ ਹੈ, ਜੇਕਰ ਜਿੱਤ ਹੁੰਦੀ ਹੈ ਤਾਂ ਕਿੰਨੀਆਂ ਵੋਟਾਂ ਦੇ ਨਾਲ ਹੁੰਦੀ ਹੈ, ਜਾਂ ਲੋਕ ਵੋਟ ਪਾ ਕੇ ਫਤਵਾ ਦੇਣਗੇ ਕਿਸ ਨੂੰ, ਇਸ ਦੇ ਉੱਤੇ ਵੀ ਨਿਗਾਹਾਂ ਬਣੀਆਂ ਰਹਿਣਗੀਆਂ। ਗੁਰਪ੍ਰੀਤ ਸਿੰਘ ਦਿਨਾਂ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।